ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਨਿਰਮਲ ਸਿੰਘ ਪਥਰਾਲਾ ਸਵਾਗਤ ਕਰਦਾ ਹਾਂ ਪੰਜਾਬ ਦੇ ਪੁੱਤ ਚੈਨਲ 'ਤੇ। ਅੱਜ ਆਪਣੇ ਚੈਨਲ ਦੀ ਟੀਮ ਪਹੁੰਚੀ ਹੈ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ। ਉੱਥੋਂ ਦੇ ਕੁਛ ਪ੍ਰਬੰਧਕ ਬਜ਼ੁਰਗ ਮੋਹਤਬਰ ਵੀਰ ਆਪਣੇ ਨਾਲ ਮੌਜੂਦ ਨੇ ਅਤੇ ਆਪਾਂ ਗੱਲਬਾਤ ਕਰਦੇ। ਇਹਨਾਂ ਦਾ ਸਪੈਸ਼ਲ ਹੈ ਇਹ ਪੰਚਾਇਤੀ ਚੋਣਾਂ ਦੇ ਮੈਸੇਜ ਦੇ ਰਹੇ ਆਪਾਂ ਨੂੰ ਅਤੇ ਗੱਲਬਾਤ ਕਰਦੇ ਬਾਬਾ ਜੀ ਉਹਨਾਂ ਨੇ ਕੀ ਮੈਸੇਜ ਦੇ ਰਹੇ ਹਨ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਠਾਕ ਹੋ? ਹਾਂਜੀ ਬਹੁਤ ਵਧੀਆ ਜੀ। ਕਿਹੜਾ ਪਿੰਡ ਹੈ ਪਹਿਲਾਂ ਪੂਰਾ ਪਤਾ? ਸਾਡਾ ਪਿੰਡ ਜੀ ਛੰਨਾ ਗੁਲਾਬ ਸਿੰਘ ਵਾਲਾ ਨੇੜੇ ਭਦੌੜ। ਠੀਕ ਹੈ ਜੀ, ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ ਜੀ। ਬਾਬਾ ਜੀ ਜਿਵੇਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਿਆ, ਹਰੇਕ ਜਗ੍ਹਾ ਮਾਹੌਲ ਗਰਮਾ ਪੂਰਾ ਪੰਚਾਇਤੀ ਚੋਣਾਂ ਦੇ ਕਰਕੇ, ਹੈ ਨਾ, ਸਪੈਸ਼ਲ ਕੀ ਮੈਸੇਜ ਦੇਣਾ ਚਾਹੁੰਦੇ ਹੋ? ਇੱਕ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਆਮ ਵੋਟਰ ਆ ਜੀ, ਉਹ ਕਿਸੇ ਤੋਂ ਕੋਈ ਵੀ ਨਸ਼ੇ ਦੇ ਲਾਲਚ ਦੇ ਵਿੱਚ ਵੋਟ ਨਾ ਪਾਉਣ। ਠੀਕ ਹੈ ਜੀ। ਕੋਈ ਨਗਦ ਰਾਸ਼ੀ ਦੇ ਲਾਲਚ 'ਚ ਵੋਟ ਨਾ ਪਾਉਣ। ਜੇ ਨਗਦ ਰਾਸ਼ੀ ਦੀ ਉਹ ਲੋੜ ਵੀ ਆ ਕੇ ਤਾਂ ਲੈ ਵੀ ਲਈ ਤਾਂ ਉਹ ਸੌ ਨਾ ਖਾਣ ਵੀ ਵੋਟ ਤੈਨੂੰ ਪਾਵਾਂਗੇ। ਠੀਕ ਹੈ ਜੀ। ਵੋਟ ਦੀ ਵਰਤ ਆਪਦੇ ਉਹ ਮਨ ਮਰਜ਼ੀ ਨਾ ਕਰਨ। ਠੀਕ ਹੈ ਜੀ। ਅਤੇ ਅੱਗੇ ਆਪਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਗੱਲਾਂ ਮੁੱਖ ਕਿਹੜੀਆਂ ਰੱਖੀਆਂ ਜਾਣ। ਠੀਕ ਹੈ ਜੀ। ਤਾਂ ਕਿ ਸਾਡੇ ਜਿਹੜੇ ਪਿੰਡ ਆ ਬਸ ਜਾਣ। ਸਾਡੇ ਦੁਸ਼ਮਣ ਬਹੁਤ ਤਕੜੇ ਆ, ਉਹ ਪਿੰਡਾਂ ਨੂੰ ਜਾੜਨ ਨੂੰ ਫਿਰਦੇ ਆ ਵੀ ਇੱਥੇ ਜਿਹੜੀ ਸਿੱਖ ਕਮਿਊਨਿਟੀ ਬੈਠੀ ਆ ਵੀ ਉਹਨਾਂ ਨੂੰ ਇੱਥੋਂ ਦੂਰ ਦਰੇਡੇ ਖੇੜਿਆ ਜਾਵੇ। ਇਸ ਕਰਕੇ ਪਹਿਲਾਂ ਸਾਡੇ ਸਰਪੰਚ ਦਾ ਇਹ ਸਟੈਂਡ ਹੋਣਾ ਚਾਹੀਦਾ ਵੀ ਜਿਹੜੀ ਪੰਚਾਇਤੀ ਜ਼ਮੀਨਾਂ ਦੀ ਆਮਦਨ ਆ, ਪਹਿਲਾਂ ਹੁੰਦੀ ਸੀ ਉਹ ਵੀ ਸਰਕਾਰਾਂ ਕੋਲ ਦਿੰਦੀਆਂ ਹੁੰਦੀਆਂ ਸੀ ਨਾਲ, ਅਤੇ ਸਾਡਾ ਪੰਚਾਇਤ ਦਾ ਫੰਡ ਹੁੰਦਾ ਸੀ, ਉਹਦੇ ਨਾਲ ਸਾਡੇ ਵਿਕਾਸ ਦੇ ਕੰਮ ਹੁੰਦੇ ਸੀ। ਫਿਰ ਸਾਥੋਂ ਉਹਨਾਂ ਨੇ 22% ਕੱਟਣਾ ਸ਼ੁਰੂ ਕਰਤਾ ਵੀ 22% ਸਰਕਾਰਾਂ ਕੱਟਣਗੀਆਂ ਪੰਚਾਇਤੀ ਆਮਦਨ ਨੂੰ, ਅਤੇ ਉਸ ਤੋਂ ਬਾਅਦ ਜਿਹੜਾ ਦੂਜਾ ਫੰਡ ਹੋਇਆ ਉਹ ਤੁਸੀਂ ਆਪਦਾ ਲਾ ਲਿਓ ਅਤੇ ਤੁਹਾਨੂੰ ਕੀ ਅਸੀਂ ਗ੍ਰਾਂਟ ਦੇ ਕੇ ਨਵੀਂ, ਉਹਦੇ ਨਾਂ 'ਤੇ ਉਹ ਆਪਦੀਆਂ ਵੋਟਾਂ ਖਰੀਦਦੇ ਸੀ, ਆਪਦੀ ਸਿਆਸਤ ਤੋਂ ਉੱਪਰਲੇ MLA MP ਕਰਦੇ ਸੀ। ਫਿਰ ਕੈਪਟਨ ਸਰਕਾਰ ਨੇ ਉਹਦੇ ਵਿੱਚੋਂ ਤੀਜਾ 33% ਕਰਤਾ ਵੀ ਜਿਹੜੀ ਤੁਹਾਡੀ ਪੰਚਾਇਤੀ ਜ਼ਮੀਨ ਦੀ ਆਮਦਨ ਆ ਉਹ ਅਸੀਂ 33% ਲੈ ਕੇ ਜਾਵਾਂਗੇ। ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਬਚ ਗਿਆ ਉਹ ਤੁਸੀਂ ਆਪਦੀ ਮਰਜ਼ੀ ਨਾਲ ਲਾ ਸਕਦੇ ਹੋ ਪਿੰਡ 'ਤੇ, ਫਿਰ ਤੁਹਾਨੂੰ ਅਸੀਂ ਗ੍ਰਾਂਟਾਂ ਦੇਵਾਂਗੇ। ਉਹਦੇ 'ਤੇ ਸਾਥੋਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਸੀ। ਪਰ ਹੁਣ ਇਹੋ ਜਿਹਾ ਝੋਲਾ ਪੈ ਗਿਆ ਵੀ ਪੰਚਾਇਤਾਂ ਕਹਿੰਦੀਆਂ ਵੀ ਸਾਡੇ ਕੋਲ ਫੰਡ ਲਾਉਣ ਦਾ ਅਧਿਕਾਰ ਹੀ ਨਹੀਂ ਕੋਈ, ਵੀ ਗਾਹਾਂ ਜਿਹੜਾ ਸਮਾਂ ਆਉਣ ਵਾਲਾ ਵੀ ਜਿੰਨੀ ਵੀ ਪੰਚਾਇਤਾਂ ਦੇ ਸਾਰਿਆਂ ਦਾ ਕੋਈ ਆਮਦਨ ਦੇ ਜ਼ਮੀਨ ਦੇ ਜਾਂ ਕੁਛ ਹੋਰ ਆ ਉਹ ਕਿਸੇ ਨੂੰ ਵੀ ਪੱਕੇ ਰੂਪ 'ਚੋਂ ਠੇਕੇ 'ਤੇ ਨਾ ਦੇਣ, ਚਾਹੇ ਉਹ ਸਰਕਾਰ 'ਤੇ ਕਿੰਨਾ ਵੀ ਸਰਕਾਰ ਉਹਨਾਂ 'ਤੇ ਦਬਾਅ ਬਣਾਵੇ, ਉਹਨਾਂ ਨੂੰ ਕੋਈ ਲਾਲਚ ਦੇਵੇ। ਮੁੱਖ ਗੱਲ ਸਰਪੰਚ ਦੀ ਇਹ ਹੋਣੀ ਚਾਹੀਦੀ ਆ ਵੀ ਜਿਹੜੇ ਸਾਡੇ ਨਿੱਜੀ ਅਦਾਰੇ ਆ ਪਿੰਡਾਂ ਦੀ ਆਮਦਨ ਦੇ, ਕੋਈ ਦੁਕਾਨਾਂ ਕੋਈ ਜ਼ਮੀਨ ਜਾਇਦਾਦ ਦਾ ਠੇਕਾ ਵੀ ਉਹ ਅਸੀਂ ਕਿਸੇ ਨੂੰ 2-4-10 ਸਾਲਾਂ ਦੀ ਖਾਤਰ ਕਿਸੇ ਕੰਪਨੀ ਨੂੰ ਨਹੀਂ ਸਵਾਵਾਂਗੇ। ਆਪਦੇ ਪਿੰਡ ਦੇ ਲੋਕ ਜਿਵੇਂ ਪਹਿਲਾਂ ਤੋਂ ਖੇਤੀ ਕਰਦੇ ਆ ਜਾਂ ਕੋਈ ਪ੍ਰੋਜੈਕਟ ਚੱਲਦਾ ਤਾਂ ਉਸੇ ਤਰ੍ਹਾਂ ਹੀ ਰੱਖਣ, ਤਾਂ ਕਿ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਉਹਨਾਂ ਦੇ ਵਿੱਚੋਂ ਪਿੰਡਾਂ ਦੇ ਲੋਕਾਂ ਨੂੰ ਅਖੇੜਿਆ ਨਾ ਜਾ ਸਕੇ। ਤੁਸੀਂ ਮੰਨਦੇ ਹੋ ਵੀ ਨਵੇਂ ਮੁੰਡਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈਗਾ? ਦੇਖੋ ਜੀ, ਗੱਲ ਇਹ ਆ ਮੈਂ ਗਰਾਊਂਡ ਦੇ ਵਿੱਚ ਦੌੜ ਲਾਉਂਦਾ ਹੁੰਦਾ, ਇਹੀ ਕਹਿੰਦਾ ਹੁੰਦਾ ਵੀ ਸਾਨੂੰ ਆਮ ਹੋਸ਼ ਆ ਜਿਹੜੀ ਜ਼ਿੰਦਗੀ ਜਿਉਣ ਦੀ ਉਹ 35 ਸਾਲ ਤੋਂ ਬਾਅਦ ਹੀ ਆਉਂਦੀ ਆ। ਉਸ ਤੋਂ ਬਾਅਦ ਜਿਹੜਾ ਜੋਸ਼ ਆ ਸਾਡਾ ਉਹ ਠੰਡਾ ਪੈ ਜਾਂਦਾ। ਇਸ ਕਰਕੇ ਗਰਾਊਂਡ ਦੇ ਨਾਲ ਖੇਤੀ ਦੇ ਕੰਮਾਂ ਨਾਲ ਇੰਨੇ ਜੁੜ ਜਾਓ ਵੀ ਤੁਸੀਂ 70 ਸਾਲ ਤੱਕ ਜਵਾਨ ਰਹਿ ਸਕੋ। ਜਦੋਂ ਸਾਡੇ ਜਵਾਨੀ ਦਾ ਜੋਸ਼ ਤਾਂ ਸਾਡੇ ਕੋਲ ਹੁੰਦਾ ਪਰ ਪੰਚਾਇਤੀ ਫੈਸਲੇ ਲੈਣ ਦੇ ਉਹ ਯੋਗ ਨਹੀਂ ਹੁੰਦੇ ਜਿਹੜੇ 35 ਸਾਲ ਤੋਂ ਘੱਟ ਉਮਰ ਦੇ ਹੁੰਦੇ, ਕਿਉਂਕਿ ਜਿਹੜੇ ਤਜਰਬੇ ਸਾਨੂੰ ਉਮਰ ਦੇ ਹਿਸਾਬ ਨਾਲ ਆਉਣੇ ਆ ਉਹ ਅਸੀਂ ਕਿਸੇ ਨਿੱਜੀ ਪਰਿਵਾਰ 'ਚ ਰਹਿ ਕੇ ਛੋਟੀ ਉਮਰ 'ਚ ਨਹੀਂ ਸਿੱਖ ਸਕਦੇ, ਕਿਉਂਕਿ ਪਹਿਲੀ ਕਲਾਸ ਦਾ ਬੱਚਾ ਪਹਿਲੀ ਦੀ ਪੜ੍ਹਾਈ ਸਿੱਖੂ ਉਹ 10ਵੀਂ ਦੀ ਨਹੀਂ ਸਿੱਖ ਸਕਦਾ। ਬਾਬਾ ਜੀ, ਜਿੱਥੇ ਮੰਨ ਲਓ ਪੰਜਾਬ ਸਰਕਾਰ ਨੇ ਜਾਂ ਬਾਕੀ ਭਾਰਤ ਦੀਆਂ ਸਰਕਾਰਾਂ ਨੇ ਬੀਬੀਆਂ ਨੂੰ ਬਰਾਬਰ ਦੇ ਹੱਕ ਦਿੱਤੇ, ਹੈ ਨਾ, ਅਤੇ ਬੀਬੀਆਂ ਵੀ ਬਰਾਬਰ ਚੋਣ ਲੜੀਆਂ, ਇਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਜੀ, ਜਿਹੜੀਆਂ ਬੀਬੀਆਂ ਆਪ ਨੂੰ ਆਪਦੇ ਆਪ ਨੂੰ ਅਨੁਸ਼ਾਸਨ 'ਚ ਰੱਖਦੀਆਂ, ਜਿਨ੍ਹਾਂ ਦੀ ਪੂਰੀ ਇੱਜ਼ਤ ਆ, ਉਹਨਾਂ ਨੂੰ ਤਾਂ ਬੇਸ਼ੱਕ 90% ਰਾਖਵਾ ਕਰਨ ਦਿੱਤਾ ਜਾਵੇ, ਜਿਹੜੀਆਂ ਰਾਣੀ ਝਾਂਸੀ ਦਾ ਰੂਪ ਦਿਖਾ ਸਕਦੀਆਂ, ਜਿਹੜੀਆਂ ਚੰਗਾ ਰੋਲ ਅਦਾ ਕਰ ਸਕਦੀਆਂ, ਜਿਨ੍ਹਾਂ ਦਾ ਕੋਈ ਆਪਦਾ ਹੀ ਬੇਸ ਨਹੀਂ ਹੁੰਦਾ, ਉਹਨਾਂ ਦੀ ਖਾਤਰ ਤਾਂ ਸਾਨੂੰ 20% ਵੀ ਰਿਜ਼ਰਵੇਸ਼ਨ ਵਾਲਾ। ਬਾਬਾ ਜੀ, ਤੁਸੀਂ ਗੱਲ ਕਰੀ ਆ, ਹੈ ਨਾ, ਕੁਛ ਪਰਸੈਂਟ ਬੰਦੇ ਵੀ ਮੰਨ ਕੇ ਕਰੈਕਟਰਲੈਸ ਹੁੰਦੇ ਪਰ ਪਿੰਡਾਂ ਦੇ ਮੋਹਤਬਰ ਬਣੇ ਰਹਿੰਦੇ ਉਹ, ਅਤੇ ਹੁਣ ਦਾ ਮੰਨ ਕੇ ਚਲੋ ਵੀ ਕਹਿੰਦੇ ਕੜਾਮ ਚੌਧਰੀ ਬਣ ਜਾਂਦੇ ਹਰੇਕ ਦਾ, ਮੰਨ ਲਓ ਸਾਂਝੇ ਕੰਮ 'ਚ ਡਿੱਕਾ ਲਾਉਣਾ, ਆਪਣੀ ਚੌਧਰ ਦਿਖਾਉਣੀ,
ਤੇ ਫਿਰ ਉਹਨਾਂ ਬਾਰੇ ਵੀ ਮੰਨ ਕੇ ਚਲੋ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਜਿਹੜਾ ਸਮਾਜ ਪ੍ਰਧਾਨ ਆਪਾਂ ਬਾਬੇ ਨਾਨਕ ਨੇ ਤਾਂ ਇਹੀ ਕਹਿਤਾ ਸੀ ਜੀ ਵੀ ਜੇ ਤਰ ਜੰਮੇ ਅਰਜਾਨ ਸੋ ਕੋ ਮੰਦਾ ਆਖੀਏ ਜੀ, ਆਪਾਂ ਉਹਨਾਂ ਨੂੰ ਬਰਾਬਰ ਲੈ ਕੇ ਤਾਂ ਚੱਲ ਸਕਦੇ ਹਾਂ, ਜੇ ਸਮਾਜ ਨੂੰ ਵਧਗਾ ਤਾਂ ਬਣਾ ਸਕਦੇ ਹਾਂ, ਜੇ ਅਸੀਂ ਦੋਨੇ ਪੱਖਾਂ ਨੂੰ ਪੂਰਾ ਵਿਚਾਰਾਂਗੇ ਵੀ ਜਿਹੜਾ ਬੰਦਾ ਕੋਈ ਪਿਛਲੇ 15 ਸਾਲਾਂ ਚੋਂ ਪੰਜ ਸਰਪੰਚ ਤੁਰਿਆ ਹੁੰਦਾ ਉਹ ਖੁਦ ਨਸ਼ਿਆਂ ਦਾ ਆਦੀ ਆ, ਉਹ ਧਰਮ ਸਥਾਨਾਂ ਤੇ ਜਾ ਕੇ ਵੀ ਆਪਦੀ ਪੂਰੀ ਚੌਕੀ ਚਲਾਉਂਦਾ, ਉਹ ਕੋਈ ਨਿਤਨੇਮ ਹੀ ਨਹੀਂ ਹੁੰਦਾ, ਉਹਦਾ ਕੋਈ ਇਹੋ ਜਿਹਾ ਨਹੀਂ ਹੁੰਦਾ ਸੋਰਸ ਵੀ ਆਪਦੇ ਬੱਚੇ, ਪਹਿਲੀ ਗੱਲ ਤਾਂ ਆਪਦੇ ਬੱਚੇ ਵੀ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਜਿਹੜਾ ਪੰਜ ਸਰਪੰਚ ਚੋਣ ਲੜੇ, ਫਿਰ ਉਹਨਾਂ ਨੇ ਦੇਖਣਾ ਹੁੰਦਾ ਵੀ ਸਾਡੇ ਲੋਕਾਂ ਦਾ ਇਲਾਜ ਦਾ ਪ੍ਰਬੰਧ ਕੀ ਆ, ਸਾਡੇ ਲੋਕਾਂ ਦੇ ਪਾਣੀ ਪੀਣ ਦਾ ਪ੍ਰਬੰਧ ਕੀ ਆ। ਜੇ ਉਹ ਉਹਨਾਂ ਗੱਲਾਂ ਤੋਂ ਆਪਦਾ ਉਹਨਾਂ ਦਾ ਨਿੱਜੀ ਪਾਣੀ ਪੀਣ ਦਾ ਪ੍ਰਬੰਧ ਆ, ਜਿਹੜੇ ਪਰਿਵਾਰ ਦਾ ਨਿੱਜੀ ਸਕੂਲ ਆਪਦੇ, ਉਹਨਾਂ ਦਾ ਹਰ ਹਸਪਤਾਲ ਉਹਨਾਂ ਦੀ ਖਾਤਰ ਖੁੱਲ੍ਹਾ ਰਹਿੰਦਾ, ਉਹਨਾਂ ਕੋਲ ਖੁੱਲ੍ਹਾ ਪੈਸਾ, ਉਹ ਲੋਕ ਤਾਂ ਇਹ ਚੀਜ਼ਾਂ ਬਾਰੇ ਸੋਚਦੇ ਨਹੀਂ। ਮੈਂ ਤਾਂ ਕਹਿੰਦਾ ਵੀ ਉਹਨਾਂ ਲੋਕਾਂ ਨੂੰ ਪੰਚੀ ਸਰਪੰਚ ਤੋਂ ਦੂਰ ਰੱਖਿਆ ਜਾਵੇ ਜਿਹੜੇ ਇਹ ਅਦਾਰਿਆਂ ਨਾਲ ਜੁੜਦੇ ਨਹੀਂ। ਬਾਬਾ ਜੀ, ਕੁਛ ਪਰਸੈਂਟ ਪਿੰਡਾਂ ਦੇ ਵਿੱਚ ਪੰਜਾਬ ਦੇ ਬਹੁਤ ਜ਼ਿਆਦਾ ਪਿੰਡਾਂ 'ਚ ਰੌਲਾ ਪੈ ਜਾਂਦਾ। ਕੱਲ੍ਹ ਇੱਕ ਕਪੂਰਥਲੇ ਦੀ ਖਬਰ ਲੱਗੀ ਸੀ, ਮੋਗੇ ਜ਼ਿਲ੍ਹੇ ਦੀ ਵੀ ਖਬਰ ਲੱਗੀ ਵੀ ਹੈ, ਹੈ ਨਾ, ਵੀ ਜਿਹੜੇ ਪਿੰਡ ਰਿਹਰਪ ਹੋਣੇ ਚਾਹੀਦੇ ਸੀ ਉਹ ਜਨਰਲ ਕਰਾਏ ਧੱਕੇ ਨਾਲ, ਪਿੰਡਾਂ ਦੇ ਘੜਾਮ ਚੌਧਰੀਆਂ ਨੇ, ਜਿਹੜੇ ਪਿੰਡ ਰਿਹਰਪ ਹੋਣੇ ਚਾਹੀਦੇ ਸੀ ਉਹ ਜਨਰਲ ਕਰਾਤੇ, ਜਿਹੜੇ ਜਨਰਲ ਹੋਣੇ ਚਾਹੀਦੇ ਸੀ ਉਹ ਰਿਹਰਪ ਕਰਾਤੇ। ਵੀ ਕੋਈ ਕਾਬਲ ਇਨਸਾਨ ਸਰਪੰਚ ਨਾ ਬਣ ਸਕਦੇ ਪਿੰਡਾਂ ਦਾ ਵਿਕਾਸ ਨੂੰ, ਜੇ ਕੋਈ ਕਾਬਲ ਇਨਸਾਨ ਸਰਪੰਚ ਬਣਦਾ ਤਾਂ ਜਿਹੜੇ ਪੁਰਾਣੇ ਘੜਾਮ ਚੌਧਰੀ ਹੈ ਉਹਨਾਂ ਦੀ ਆਪਣੀ ਮੰਨ ਲਓ ਲੀਡਰਸ਼ਿਪ ਖਤਮ ਹੁੰਦੀ ਹੈ, ਉਹਨਾਂ ਦੀ ਚੌਧਰ ਖਤਮ ਹੁੰਦੀ ਹੈਗੀ, ਇਹ ਕੀ ਸੱਚਾਈ ਆ, ਮੰਨਦੇ ਹੋ ਤੁਸੀਂ ਇਸ ਗੱਲ ਨੂੰ? ਦੇਖੋ ਜੀ, ਜਿਹੜੇ ਰਿਜ਼ਰਵ ਸਰਪੰਚ ਆਪਾਂ ਚੁਣਦੇ ਆ ਜੀ, ਜੇ ਉਹ ਆਪਦੇ ਪਿੰਡ ਦੇ ਸਕੂਲ ਬਾਰੇ ਸੋਚਦੇ ਆ ਪਹਿਲਾਂ ਜੀ, ਅਨਾਜ ਮੰਡੀ ਬਾਰੇ ਬਾਅਦ ਚ ਸੋਚਦੇ ਆ ਜੀ, ਕਿਉਂ ਅਨਾਜ ਮੰਡੀ ਤਾਂ ਗਵਾਂਢੀ ਪਿੰਡ ਦੇ ਵਿੱਚ ਅਸੀਂ ਅਨਾਜ ਲੈ ਕੇ ਵੀ ਜਾਣਾ ਜੀ, ਤਾਂ ਉੱਥੇ ਅਸੀਂ 6 ਮਹੀਨਿਆਂ ਬਾਅਦ ਦੱਸਦੇ ਨਹੀਂ ਜਾਣਾ ਨਾ ਜੀ, ਸਾਡੇ ਸਕੂਲਾਂ ਦੇ ਬੱਚਿਆਂ ਨੇ ਉੱਥੇ ਹਰ ਰੋਜ਼ ਜਾਣਾ। ਜਿਹੜਾ ਰਿਜ਼ਰਵੇਸ਼ਨ ਦਾ ਸਰਪੰਚ ਆ ਜੀ, ਉਹ ਇਹ ਮੁੱਦਾ ਜੇ ਲੈ ਕੇ ਚੱਲਦਾ ਵੀ ਪਹਿਲਾਂ ਸਾਰਿਆਂ ਨੂੰ ਜਿਹੜਾ ਪਾਣੀ ਪੀਣ ਦਾ ਅਧਿਕਾਰ ਉਹ ਬਾਰਡਰ ਵਾਚ ਤੋਂ ਵਧੀਆ ਪ੍ਰਬੰਧ ਕਰਕੇ ਦਿੱਤਾ ਜਾਊ ਜੀ, ਨਿੱਜੀ ਮੋਟਰਾਂ ਪਿੰਡ 'ਚ ਨਹੀਂ ਲਾਉਂਦਾ, ਉਹ ਰਿਜ਼ਰਵੇਸ਼ਨ ਵਾਲਾ ਸਰਪੰਚ ਬਹੁਤ ਚੰਗਾ ਹੁੰਦਾ। ਨਹੀਂ ਬਾਬਾ ਜੀ, ਤੁਸੀਂ ਮੇਰੀ ਗੱਲ ਨਹੀਂ ਸਮਝੇ, ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਜਿਵੇਂ ਟਰਨ ਬੇਟਾ ਚੱਲਦੀ ਸੀ, ਜਿਹੜਾ ਜਰਨਲ ਪਿਛਲੇ ਰਹਿਤ ਕੀ ਜਿਹੜੇ ਸਰਪੰਚੀ ਲੰਘ ਕੇ ਗਈ ਹੈ, ਹੈ ਨਾ, ਖਤਮ ਹੋ ਗਈ, ਸਾਬਕਾ ਸਰਪੰਚ ਹੋ ਗਏ, ਸਾਬਕਾ ਮੈਂਬਰ ਹੋ ਗਏ, ਉਹ ਮੰਨ ਲਓ ਵੀ ਐਤਕੀ ਰਿਹਰਪ ਹੋਣੀ ਚਾਹੀਦੀ ਸੀ ਅਤੇ ਜਿਹੜੇ ਰਿਹਰਪ ਸੀ ਉਹ ਜਨਰਲ ਹੋਣੀ ਚਾਹੀਦੀ ਸੀ। ਘੜਾਮ ਚੌਧਰ ਨੇ ਆਪਣੇ ਚੌਧਰ ਦੇ ਬੇਸ 'ਤੇ ਜਿਹੜੇ ਜਿਹੜੇ ਪਿੰਡਾਂ ਨੂੰ ਮੰਨ ਕੇ ਚੱਲੋ ਵੀ ਰਿਹਰਪ ਹੋਣਾ ਚਾਹੀਦੇ ਸੀ ਉਹ ਜਨਰਲ ਕਰਾਤੇ, ਅਤੇ ਜਨਰਲ ਰਿਹਰਪ ਕਰਾਤਾ ਵੀ ਕੋਈ ਨਵਾਂ ਬੰਦਾ ਚੰਗਾ ਬੰਦਾ ਮੂਹਰੇ ਨਾ ਆਜੇ, ਇਹਦੇ ਬਾਰੇ ਕੀ ਖਿਆਲ ਆ ਜੀ? ਇਹਦੇ ਬਾਰੇ ਇਹੀ ਖਿਆਲ ਆ ਵੀ ਸਾਡੇ ਕੋਲ ਸਬੂਤ ਵੀ ਹੈਗੇ, ਸਾਡੇ ਏਰੀਏ ਦੇ ਪਿੰਡਾਂ ਦੇ ਸਬੂਤ ਹੈ, ਜਿੱਥੇ ਮੰਨ ਲਓ ਵੀ ਸਰਪੰਚੀ ਜਨਰਲ ਹੁੰਦੀ ਸੀ ਉੱਥੇ ਪਿੰਡਾਂ ਦੇ ਜਿਹੜੇ ਘੜਾਮ ਚੌਧਰੀ ਉਹ ਲਿਖ ਕੇ ਦੇ ਕੇ ਆ ਵੀ ਇੱਥੇ ਰਿਹਰਪ ਕਰੋ, ਜਿੱਥੇ ਰਿਹਰਪ ਦਾ ਹੱਕ ਬੰਦੇ ਉੱਥੇ ਲਿਖ ਕੇ ਦੇ ਕੇ ਵੀ ਰਿਹਰਪ ਬੰਦਾ ਕਾਬਲ ਆ ਇੱਥੇ ਜਨਰਲ ਕਰ ਦਿਓ। ਇਹ ਸਾਡੇ ਕੋਲ ਸਬੂਤ ਵੀ ਹੈ, ਕੈਮਰੇ ਸਾਹਮਣੇ ਪੇਸ਼ ਵੀ ਕਰ ਸਕਦਾ, ਤੁਹਾਡਾ ਕੀ ਖਿਆਲ, ਤੁਹਾਡੇ ਬਰਨਾਲੇ ਏਰੀਏ ਦਾ ਕੀ? ਦੇਖੋ ਜੀ, ਬਾਰੀ ਨਾਲ ਜਿਵੇਂ ਆਪਾਂ ਕਹਿੰਦੇ ਹਾਂ ਵੀ ਤੀਜੇ ਸਾਲ ਰਿਹਰਪ ਹੋਣਾ ਚਾਹੀਦਾ ਪਿੰਡ, ਠੀਕ ਹੈ ਜੀ, ਉਹਦੇ ਨਾਲ ਮੈਂ ਬਿਲਕੁਲ ਸਹਿਮਤ ਹਾਂ, ਠੀਕ ਹੈ ਜੀ, ਉਹਦੇ ਵਿੱਚ ਕਿਸੇ MLA ਦੀ ਕਿਸੇ MP ਦੀ ਫਾਲ ਨਹੀਂ ਪੁੱਗਣੀ ਚਾਹੀਦੀ, ਜੇ ਕੋਈ ਧੱਕੇ ਨਾਲ ਆਪਦਾ ਪਿੰਡ ਇੱਕ ਤਰ੍ਹਾਂ ਕਰਾਉਂਦਾ ਗਾ ਵੀ ਜਾਂ ਸਾਡੇ ਪਿੰਡ ਬਾਰੀ ਚਾਹੇ ਐਕਤੀ ਰਿਹਰਪ ਦੀ ਸੀ ਪਰ ਮੇਰੇ ਪਾਵਰ ਆ ਮੇਰੇ ਕੋਲ ਵੀ ਸਾਡਾ ਪਿੰਡ ਜਰਨਲ ਕਰ ਦਿਓ ਮੈਂ ਸਰਪੰਚ ਬਣਦਾ, ਉਸ ਚੀਜ਼ ਨੂੰ ਮੈਂ ਬਿਲਕੁਲ ਗਲਤ ਸਮਝਦਾ, ਠੀਕ ਹੈ ਜੀ, ਤੇ ਉਹ ਮੇਰੇ ਸਮਝਣ ਨਾਲ ਕੁਛ ਨਹੀਂ ਫਰਕ ਪੈਣਾ, ਉਹ ਉੱਥੋਂ ਦੇ MLA ਨੇ ਉੱਥੋਂ ਦੇ MP ਨੇ ਦੇਖਣਾ ਵੀ ਮੈਂ ਉਹਦੇ 'ਤੇ ਕੀ ਡਿਸੀਜਨ ਲੈਂਦਾ। ਚਲੋ ਜੇ ਡਿਸੀਜਨ ਲਿਆ ਵੀ ਜਾਂਦਾ ਜੀ, ਸਾਡੀ ਨਿੱਜੀ ਰਾਏ ਇਹ ਆ ਵੀ ਲੋਕ ਦੇਖਣ ਵੀ ਬੰਦਾ ਕਾਬਲ ਹੈਗਾ ਕਿ ਨਹੀਂ। ਦੇਖੋ ਜੀ, ਲੋਕ ਅੱਜ ਕੱਲ੍ਹ ਕਾਬਲ ਨਹੀਂ ਦੇਖਦੇ, ਲੋਕ ਅੱਜ ਕੱਲ੍ਹ ਈਰਖਾ 'ਤੇ ਚੱਲ ਰਹੇ ਆ, ਉਹ ਕਹਿੰਦੇ ਵੀ ਇਹ ਬੰਦਾ ਚਾਹੇ ਕਿੰਨਾ ਵੀ ਪਿੰਡ ਦਾ ਵਿਕਾਸ ਕਰਦੇ ਪਰ ਇਹਦੇ ਨਾਲ ਮੇਰੀ ਨਿੱਜੀ ਲੜਾਈ ਆ, ਇਸ ਕਰਕੇ ਮੈਂ ਉਹਨੂੰ ਵੋਟ ਨਹੀਂ ਦਿੰਦਾ। ਉੱਥੇ ਜੇ ਬਹੁ ਗਿਣਤੀ ਪਿੰਡ ਦੀ ਸੋਚ ਚੰਗੇ ਪਾਸੇ ਨੂੰ ਲੈ ਕੇ ਚੱਲੇ ਤਾਂ ਫਿਰ ਅਸੀਂ ਜਿਵੇਂ ਸਾਡੇ ਪਿੰਡ ਦੇ ਹੁਣ ਛੱਪੜ ਆ ਜਾਂ ਸਾਡੇ ਪਿੰਡ ਦਾ ਬਾਰਡਰ ਬਕਸ ਆ, ਸਾਡੇ ਪਿੰਡ ਦੇ ਵਿੱਚ ਇਹ 100 ਮੋਟਰ ਲਾਉਣ ਦੀ ਕੀ ਲੋੜ ਆ ਕਿ ਤੁਹਾਡੇ ਪਿੰਡ ਬਾਰਡਰ ਬਕਸ ਹੈਗਾ, ਘਰ ਤਾਂ 200 ਕਾਰਾਂ, ਅਸੀਂ ਉੱਥੋਂ ਸਾਫ਼ ਪਾਣੀ ਲੈ ਸਕਦੇ ਹਾਂ, ਫਿਰ ਅਸੀਂ ਕਿ ਸਾਡੇ ਪਿੰਡ ਦੇ ਛੱਪੜ ਸਾਫ਼ ਆ, ਜਿਹੜੀ ਅੱਜ ਪਿੰਡਾਂ ਦੀ ਆਪ ਵੱਡੀ ਮੁਸੀਬਤ ਆ, ਜੇ ਸਾਰੇ ਪਿੰਡ ਦੇ ਪਸ਼ੂ ਛੱਪੜ 'ਤੇ ਨਹਾ ਕੇ ਆਉਣ ਤਾਂ ਸਾਨੂੰ 2 ਵਾਰਾਂ ਛੱਪੜ ਪਿੰਡ ਦਾ ਪਾਣੀ ਨਾ ਭਰਨਾ ਪਊ। ਅੱਜ ਅਸੀਂ ਇੱਕ ਛੱਪੜ ਪਾਣੀ ਦਾ ਨਵਾਂ ਪਸ਼ੂ ਨਵਾਉਣ ਦੀ ਥਾਂ ਇੱਕ ਸੀਵਰੇਜ 'ਚ ਡੋਲ ਦਿੰਦੇ ਹਾਂ ਨਿੱਤ, ਅਸੀਂ ਪਾਣੀ ਦੀ ਕਿੰਨੀ ਬਰਬਾਦੀ ਕਰਦੇ ਹਾਂ। ਜੇ ਅਸੀਂ ਅੱਜ ਫਲੱਸ਼ ਲੈਟਰਿੰਗਾਂ ਜਿਹੜੀਆਂ, ਫਲੱਸ਼ ਲੈਟਰਿੰਗ ਹੁੰਦ ਕੋਈ ਕਿਸੇ ਮਰੀਜ਼ ਦੀ ਖਾਤਰ ਆ, ਅੱਜ ਅਸੀਂ ਉੱਥੇ ਜਿੱਥੇ ਸਾਡੇ ਵੱਡ ਪਰੇਰੇ ਆ ਅਸੀਂ 1 ਲੀਟਰ ਪਾਣੀ ਨਾਲ ਦੀ ਕਿਰਿਆ ਸੋਚ ਸਕਦੇ ਸੀ, ਅਸੀਂ ਉੱਥੇ 20 ਲੀਟਰ ਪਾਣੀ ਡੋਲਦੇ ਹਾਂ।
ਪਾਣੀ ਇੱਕ ਇੰਨੀ ਕੀਮਤੀ ਚੀਜ਼ ਆ ਵੀ ਜੇ ਅਸੀਂ ਸ਼ੁੱਧ ਪਾਣੀ ਪੰਜਾਬ ਦਾ ਰੱਖ ਲਈਏ ਤਾਂ ਅਸੀਂ 90% ਬਿਮਾਰੀਆਂ ਦਾ ਮੁਕਾਬਲਾ ਕਰ ਸਕਦੇ ਹਾਂ। ਅਸੀਂ ਪਾਣੀ ਇਕੱਲੇ ਝੋਨੇ ਨਾਲ ਨਹੀਂ ਖਰਾਬ ਕਰਦੇ, ਅਸੀਂ ਸੀਵਰੇਜਾਂ ਦੇ ਵਿੱਚ ਪਸੀ ਨਹਾਉਣ ਦੇ ਬਹਾਨੇ ਜਿਹੜਾ ਅੱਜ ਡੋਲਿਆ ਜਾ ਰਿਹਾ ਪਿੰਡਾਂ 'ਚ, ਫਿਰ ਉਹਦੇ ਨਿਕਾਸ਼ ਦੀ ਖਾਤਰ ਸਾਨੂੰ ਪੰਚਾਇਤਾਂ ਗ੍ਰਾਂਟਾਂ ਦੇ ਕੇ ਡਰਾਈਨਾਂ 'ਚ ਡੋਲੀ ਜਾਂਦੀਆਂ। ਅਸੀਂ ਅੱਜ ਪੰਜਾਬ ਨੂੰ ਗੰਦੀ ਬਸਤੀ ਬਣਾ ਲਿਆ। ਸਾਡੀ ਸੋਚ ਪਾਣੀ 'ਤੇ ਇੰਨੀ ਹੋਣੀ ਚਾਹੀਦੀ ਆ ਵਧੀਆ ਵੀ ਅਸੀਂ ਇੱਕ ਲੀਟਰ ਪਾਣੀ ਵੀ ਨਾ ਡੁੱਲਗੇ, ਕਿਉਂਕਿ ਸਾਨੂੰ ਛੋਟੇ ਹੁੰਦਿਆਂ ਨੂੰ ਸਾਡੇ ਬਾਪ ਬਜ਼ੁਰਗ ਗਾਲਾਂ ਕੱਢਦੇ ਹੁੰਦੇ ਸੀ, ਅਸੀਂ ਖੜ੍ਹੇ ਪਾਣੀ 'ਚ ਪਿਸ਼ਾਬ ਕਰਦੇ ਸੀ ਵੀ ਪਾਪ ਹੁੰਦਾ ਵੀ ਖੜ੍ਹੇ ਪਾਣੀ 'ਚ ਪਿਸ਼ਾਬ ਨਹੀਂ ਕਰਨਾ। ਅੱਜ ਅਸੀਂ ਧੜਾਧੜ ਪਾਣੀ ਡੋਲ ਡੋਲ ਪਿੰਡਾਂ ਦੇ ਵਿੱਚ ਇੱਕ ਇਹੋ ਜਿਹੀਆਂ ਬਿਮਾਰੀਆਂ ਫੈਲਾ ਲਈਆਂ ਵੀ ਉਹਨਾਂ ਦਾ ਮੁਸਕ ਉੱਥੋਂ ਕਿੰਨਾ ਮਾਰਦਾ, ਉਹ ਪਾਣੀ ਦਾ ਕੋਈ ਨਿਕਾਸ਼ ਉਹਨੂੰ ਲਾਉਣ ਦਾ ਪ੍ਰਬੰਧ ਕੋਈ ਵੀ ਪਿੰਡ ਦੱਸੇ ਵੀ ਸਾਡੇ ਪਿੰਡ ਸਹੀ ਚੱਲਦਾ, ਪਰ ਅਸੀਂ ਅੱਜ ਜਿੰਨਾ ਪਾਣੀ ਦੀ ਵਰਤੋਂ ਹੁੰਦੀ ਆ ਉਦੋਂ 9 ਗੁਣਾ ਪਾਣੀ ਅਸੀਂ ਨਜਾਇਜ਼ ਡੋਲਦੇ ਹਾਂ। ਇਸ ਤਰ੍ਹਾਂ ਅਸੀਂ ਵੀ ਪੰਚਾਇਤਾਂ ਜਿਹੜੀਆਂ ਹੋਣ ਸਾਡੀਆਂ ਉਹ ਆਪ ਨਸ਼ਿਆਂ ਤੋਂ ਰਹਿਤ ਹੋਣ। ਅੱਜ ਤਾਂ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਵੀ ਸੇਵਾ ਦੇ ਨਾਂ 'ਤੇ ਜਿੱਥੇ ਸੇਵਾ ਹੁੰਦੀ ਆ, ਅੱਜ ਵੀ ਮੁੰਡੇ ਉਹ ਲਾਈਟਰ ਪੈਣਾ ਥਾਂ ਫਲਾਨੇ ਥਾਂ ਲੈ ਥੋੜ੍ਹੀ ਥੋੜ੍ਹੀ ਭੁੱਕੀ ਖਾ ਲਓ, ਫਿਰ ਕਹਾਂ ਦੇ ਪੰਥਕਾ ਕਹਿੰਦੇ ਸਾਨੂੰ ਖਾਲਿਸਤਾਨ ਚਾਹੀਦਾ। ਪਿੰਡਾਂ ਦੇ ਵਿੱਚੋਂ ਚੱਲਦੀਆਂ ਇਹ ਗੱਲਾਂ, ਮੈਂ ਕਹਿੰਦਾ ਵੀ ਅਸੀਂ ਖਾਲਸੇ ਲਿਆਵਾਂਗੇ ਕਿੱਥੋਂ। ਅੱਜ ਅਸੀਂ ਆਪਦੇ ਜਿਹੜੇ ਸਾਡੇ ਲੰਗਰ ਦੀ ਪ੍ਰਥਾ ਸੀ ਜਿੱਥੇ ਅਸੀਂ ਪੰਗਤ ਦੇ ਵਿੱਚ ਬਹਿ ਕੇ ਲੰਗਰ ਸਾਦਾ ਛਕਣਾ ਸੀ ਉਹਨਾਂ ਨੂੰ ਅਸੀਂ ਪੈਲਸ ਬਣਾ ਲਿਆ। ਜੇ ਤਾਂ ਉੱਥੇ ਮਲਕ ਭਾਗ ਕੋਲ ਲੰਗਰ ਲੱਗਿਆ ਫਿਰ ਤਾਂ ਸਾਰਾ ਪਿੰਡ ਜਾ ਕੇ ਉੱਥੇ ਗੋਡੀਆਂ ਲਾ ਦੂ, ਜੇ ਉੱਥੇ ਭਾਈ ਲਾਲੋ ਵਾਲਾ ਲੰਗਰ ਆ ਤਾਂ ਪਿੰਡ ਦੇ ਲੋਕ ਪਾਸਾ ਵੱਟ ਕੇ ਲੰਘ ਜਾਂਦੇ ਆ ਵੀ ਇੱਥੇ ਲੰਗਰ ਛਕਣਾ ਨਹੀਂ ਅਸੀਂ। ਸੋ ਸਾਨੂੰ ਇਹਨਾਂ ਗੱਲਾਂ ਵੱਲ ਧਿਆਨਵਾਨ ਦੀ ਲੋੜ ਆ, ਹਰੇਕ ਗੁਰਦੁਆਰੇ ਦੇ ਸਾਹਮਣੇ ਇੱਕ ਬੋਰਡ ਲਿਖ ਕੇ ਲਾਉਣਾ ਚਾਹੀਦਾ ਕਮੇਟੀ ਨੂੰ ਵੀ ਇੱਥੇ ਭਾਈ ਮਲਕ ਭਾਗੋ ਦਾ ਲੰਗਰ ਪ੍ਰਵਾਨ ਨਹੀਂ। ਅੱਜ ਜਿੱਥੇ ਵੱਡੇ ਤਖ਼ਤ ਆ ਉੱਥੇ ਤਾਂ ਦੇਖ ਕਾਊਂਟਰਾਂ 'ਤੇ ਰੱਖ ਲਓ, ਕਿਉਂਕਿ ਜਿੰਨੀਆਂ 52 ਰਹਿਤਾਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਉਹਦੇ ਵਿੱਚ 12ਵੀਂ 13ਵੀਂ ਰਹਿਤ 'ਚ ਲਿਖਿਆ ਵੀ ਸੰਗਤ ਅਡੋਲ ਬੈਠੀ ਹੋਵੇ, ਸੰਗਤ ਅਡੋਲ ਬੈਠੀ ਹੋਵੇ ਉੱਥੇ ਵਾਹਿਗੁਰੂ ਦਾ ਨਾਮ ਜਪੇ ਅਤੇ ਫਿਰ ਦੇਗ ਵਰਤਾਈ ਜਾਵੇ। ਅੱਜ ਸਾਡੇ ਪਿੰਡ ਗੁਰਦੁਆਰਿਆਂ ਦੇ ਵਿੱਚ ਪੈਲ ਸਰਗੇ ਗੁਰਦੁਆਰੇ ਬਣਾ ਲਏ, ਦੇਗ ਗੁਰਦੁਆਰਿਆਂ ਦੇ ਵਿੱਚੋਂ ਕੱਢਤੀ, ਹੱਥ ਦੇ ਵਿੱਚ ਦੇਗ ਹੁੰਦੀਆਂ, ਪੈਰਾਂ 'ਚ ਚੱਪਲੀਆਂ ਹੁੰਦੀਆਂ, ਮੂੰਹ 'ਚ ਚੁਗਲੀਆਂ ਹੁੰਦੀਆਂ, ਅਸੀਂ ਫਿਰ ਦੇਗ ਛਕਦੇ ਹਾਂ। ਸਾਡਾ ਹਾਲ ਤਾਂ ਸਿੱਖੀ ਦਾ ਆਹ ਕਰਤਾ, ਚੱਲ ਠੀਕ ਆ ਜਿੱਥੇ ਵੱਡੇ ਤਾਕਤਾਂ ਵੱਧ ਇਕੱਠ ਹੁੰਦੇ ਆ ਉੱਥੇ ਕਾਊਂਟਰਾਂ 'ਤੇ ਦੇਗ ਲੈ ਕੇ ਗਾਂ ਦੀ ਗਾਂ ਲੰਘੀ ਜਾਂਦੇ ਲੋਕ, ਫਿਰ ਸਾਦੀ ਰੋਟੀ ਦਾ ਲੰਗਰ ਜਾ ਕੇ ਕੋਈ ਮੰਗ ਲਏ ਭੁੱਖਾ ਤੇ ਆਇਆ ਆਖਣਗੇ ਨਹੀਂ ਯਾਰ ਅੱਜ ਤਾਂ ਸੇਵਾਦਾਰ ਹੈ ਨਹੀਂ ਇੱਥੇ, ਜਾਂ ਕੋਈ ਤੈਨੂੰ ਯਾਰ ਜਦੋਂ ਚਾਹ ਕਰੀ ਉਦੋਂ ਪਿਆ ਦਿਆਂਗੇ, ਪਰ ਪੀਜਿਆਂ ਦੇ ਜਾਂ ਹੋਰ ਲਟਰ ਪਟਰ ਆਟੋਮੈਟਿਕ ਇੰਨੇ ਲੰਗਰ ਲਾ ਤੇ ਜਿਹੜਾ ਮਹੀਨੇ ਬਾਅਦ ਇੱਕ ਦੋ ਵਾਰ ਇੱਦਾਂ ਦਿਖਾਵਾ ਕਰਦੇ ਆ ਵੀ ਗੁਰੂ ਦਾ ਲੰਗਰ ਅਤੁੱਟ ਵਰਤੀ ਜਾਂਦਾ, ਚਾਹੇ ਉਸ ਪਿੰਡ ਦੇ ਵਿੱਚ 10 ਬੰਦੇ ਨਿੱਤ ਭੁੱਖੇ ਪੈਂਦੇ ਹੋਣ। ਸਾਡੀ ਇਹ ਸੋਚ ਸਿੱਖੀ ਦੀ ਤਾਂ ਹੈ ਹੀ ਨਹੀਂ ਸੀ ਵੀ ਉੱਥੇ ਮਹੀਨੇ 'ਚ ਇੱਕ ਦਿਨ ਲੋਕਾਂ ਨੂੰ ਬੇਸਬਰਿਆਂ ਨੂੰ ਬੇਲੋੜਾ ਗੁਰੂ ਦੀਆਂ ਰਹਿਤਾਂ ਤੋਂ ਬੇਮੁੱਖ ਹੋ ਕੇ ਲੰਗਰ ਲਾਵਾਂਗੇ। ਸਾਡੀ ਤਾਂ ਸੋਚ ਇਹ ਹੋਣੀ ਚਾਹੀਦੀ ਸੀ ਵੀ ਅਸੀਂ 24 ਘੰਟੇ ਗੁਰੂ ਘਰ ਲੰਗਰ ਚੱਲਦਾ, ਉੱਥੇ ਭਾਈ ਜਿਹੜੇ ਬੰਦੇ ਇਸ ਟਾਈਮ ਪਹੁੰਚ ਜਾ ਕਰਨਗੇ ਉਹਨਾਂ ਦਾ ਲੰਗਰ ਬਣਿਆ ਕਰੂ, ਉਹ ਨਸ਼ਿਆਂ ਤੋਂ ਰਹਿਤ ਹੋਣ, ਪਹਿਲਾਂ ਗੁਰਬਾਣੀ ਸੁਣਿਆ ਕਰਨ, ਉਦੋਂ ਬਾਅਦ ਉਹ ਵਾਹਿਗੁਰੂ ਦਾ ਨਾਮ ਜਪ ਕੇ ਉੱਥੇ ਲੰਗਰ ਜ਼ਰੂਰ ਛੱਕ ਕੇ ਜਾਇਆ ਕਰਨ ਤਾਂ ਕਿ ਉਹਨਾਂ ਨੂੰ ਕੋਈ ਰੋਟੀ ਦਾ ਫਿਕਰ ਨਾ ਰਹੇ। ਅਸੀਂ 84 ਤੋਂ ਬਾਅਦ ਜਿਹੜਾ ਇੱਕ ਤੱਪੜ ਵਿੱਦਿਆ ਦਾ ਲਾਉਣਾ ਸੀ ਜਿੱਥੇ ਲੋਕ ਬਹਿ ਕੇ ਵਿੱਦਿਆ ਪੜ੍ਹ ਸਕਦੇ, ਅਸੀਂ ਉਹ ਪੈਸਾ ਅੱਜ ਕੰਕਰੀਟ 'ਤੇ ਲਾਤਾ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਸਿੱਖ ਮੈਨੂੰ ਦਿਖਾ ਦੇ ਜਿੱਥੇ ਕੰਕਰੀਟ ਦੀ ਪੱਥਰ ਦੀ ਬਿਜਾਈ ਕਰੀ ਹੋਵੇ। ਸਾਡੇ ਸਿੱਖ ਧਰਮ ਦੀ ਨੀਂਹ ਆ ਜਿਹੜੀ ਉਹ ਪੱਥਰ 'ਤੇ ਨਹੀਂ ਖੜੀ, ਉਹ ਅੱਖਰ 'ਤੇ ਖੜੀ ਆ। ਸਾਡੇ ਜਵਾਕਾਂ ਦੇ ਪੱਲੇ ਅੱਖਰ ਨਹੀਂ, ਸਾਨੂੰ ਵਿੱਦਿਆ ਦੇ ਨਾਂ 'ਤੇ ਲੁੱਟ ਲਿਆ, ਸਾਡੇ ਰਹਿਬਰਾਂ ਦਾ ਨਾਂ ਵੇਚ ਕੇ ਸਕੂਲ ਖੋਲ੍ਹ ਲਏ। ਉੱਥੇ ਪਿੰਡ ਦੇ ਭੜਾ ਮਚੌਲੀਆਂ ਦੇ ਜਵਾਕ ਜਾਂ ਮਾਇਆਧਾਰੀ ਲੋਕਾਂ ਦੇ ਜਿਨ੍ਹਾਂ ਦੇ ਪੰਚਾਇਤਾਂ 'ਤੇ ਕਬਜ਼ੇ ਹੁੰਦੇ ਆ ਆਪਦੇ ਜਵਾਕਾਂ ਨੂੰ ਉੱਥੇ ਭੇਜਦੇ ਆ, ਨਹੀਂ ਅਸੀਂ ਰੀਸੋ ਰੀਸ ਚੁੰਬੜ ਕੇ ਉੱਥੇ ਲੈ ਕੇ ਜਾਂਦੇ ਆ, ਅਤੇ ਫਿਰ ਲੰਗਰ ਲਾਉਣ ਦਾ ਕੀ ਸਾਡਾ ਰਹਿ ਗਿਆ ਉੱਥੇ ਬੇਸ ਵੀ ਅਸੀਂ ਇੱਕ ਤੱਪੜ 'ਤੇ ਬਹਿ ਕੇ ਲੋਕਾਂ ਨੂੰ ਲੰਗਰ ਛਕਾਉਂਦੇ ਹਾਂ। ਗੁਰਦੁਆਰਿਆਂ ਦੀਆਂ ਕਮੇਟੀਆਂ ਜੇ ਕੋਈ ਨਿਤਨੇਮੀ ਹੈ ਨਹੀਂ ਤਾਂ ਉਹ ਗੁਰਦੁਆਰੇ ਦੀ ਕਮੇਟੀ 'ਚ ਦਖਲ ਹੀ ਕਿਉਂ ਦਿੰਦਾ, ਜਿਹਨੂੰ ਆਪਦੇ ਇਤਿਹਾਸ ਬਾਰੇ ਨਹੀਂ ਪਤਾ ਉਹ ਗੁਰਦੁਆਰੇ ਦੀ ਗੋਲਕ ਦੀ ਚਾਬੀ ਕਿਉਂ ਫੜਦਾ। ਅਸੀਂ ਇਹਨਾਂ ਗੱਲਾਂ ਦਾ ਤਾਂ ਥੱਲੇ ਨਿਘਾਰੇ ਹਾਂਗੇ, ਹੁਣ ਸਾਡਾ ਜਿਹੜਾ ਪੰਜਾਬ 'ਚ ਉਹ ਗੁਰਾਂ ਦੇ ਨਾਂ 'ਤੇ ਵੱਸਦਾ, ਅਸੀਂ ਬਾਬੇ ਨਾਨਕ ਦੀ ਸੋਚ ਨੂੰ ਛੱਡ ਕੇ ਐਡੀ ਵੱਡੀ ਸੋਚ ਨੂੰ ਛੱਡ ਕੇ ਅਸੀਂ ਲੈਲਨ ਨੂੰ ਅਤੇ ਮੌਜੋ ਤੁੰਗ ਨੂੰ ਜੱਫਾ ਪਾ ਲਿਆ। ਲੈਲੋ ਅਤੇ ਲੈਲਨ ਦੀਆਂ ਜਾਂ ਮੌਜੋ ਤੁੰਗ ਦੀਆਂ ਕਿਤਾਬਾਂ ਪੜ੍ਹ ਕੇ ਅਸੀਂ ਆਹ ਦਿੱਲੀ ਸੰਘਰਸ਼ 'ਚੋਂ ਲੈ ਕੇ ਕੀ ਆਏ ਹਾਂ, ਜਿਹੜੇ ਸਾਡੇ ਰਹਿਬਰ ਸੀ ਗੁਰਬਾਣੀ ਪੜ੍ਹਦੇ ਸੀ ਗੁਰਬਾਣੀ ਨਾਲ ਜੁੜੇ ਸੀ, ਜਿਨ੍ਹਾਂ ਨੇ ਸਾਡਾ ਸਿੱਖ ਇਤਿਹਾਸ ਪੜ੍ਹਿਆ ਉਹ ਤਾਂ ਦੋ ਗਏ ਅਤੇ ਜਾ ਕੇ ਦਿੱਲੀ ਝੁਕਾ ਕੇ ਮੁੜਿਆ ਏ।
ਇੱਥੇ ਅਸੀਂ 10 ਲੱਖ ਬੰਦਾ ਲੈ ਕੇ ਉੱਥੇ ਕੁਛ ਲੋਕ ਪੁੱਤ ਪੋਤੇ ਰੋਟੀ ਕਮਾ ਲਿਆਏ, ਕੁਛ ਉੱਥੇ ਦੀਪ ਸਿੱਧੂ ਵਰਗੇ ਆਦਮੀਆਂ ਜਾਨਾਂ ਮਾਰਿਆ ਏ। ਨਮਰੀਤ ਸਿੰਘ ਆਸਟ੍ਰੇਲੀਆ ਚੋਂ ਮੁੰਡਾ ਆਇਆ ਸੀ, ਜੇ ਉਹ ਕੁਰਬਾਨੀ ਨਾ ਦਿੰਦਾ ਤਾਂ ਕਦੇ ਅਸੀਂ ਲਾਲ ਕਿਲੇ 'ਤੇ ਜਾ ਨਹੀਂ ਸਕਦੇ। ਜੇ ਦੀਪ ਸਿੱਧੂ ਜਿਉਂਦਾ ਸ਼ਹੀਦ ਨਾ ਬਣਦਾ ਤਾਂ ਅਸੀਂ ਦਿੱਲੀ ਨਹੀਂ ਸੀ ਪਹੁੰਚ ਸਕਦੇ। ਪਰ ਸਾਡੇ ਉਹ ਲੈਲਨ ਦੇ ਯਾਰਾਂ ਨੇ ਜਾਂ ਮੌਜੋ ਤੁੰਗ ਦੇ ਯਾਰਾਂ ਨੇ ਉਹਨਾਂ ਦੀ ਕੁਰਬਾਨੀ ਰੋਲ ਸੀ, ਉਹਨਾਂ ਨੂੰ ਸ਼ਹੀਦ ਹੀ ਨਹੀਂ ਦੱਸਿਆ। ਜੇ ਕਿ ਉੱਥੇ ਟੱਟੀ ਗਿਆ ਮਰ ਗਿਆ ਬੰਦਾ, ਉਹਦੇ ਪੈਸੇ ਲੈ ਲਏ, ਉਹਨਾਂ ਨੂੰ ਅਸੀਂ ਸ਼ਹੀਦ ਬਣਾਤਾ। ਇਹ ਤਾਂ ਸੋਚ ਹੋਈ ਖੜੀ ਆ ਪੰਜਾਬੀਆਂ ਦੀ। ਪਹਿਲਾਂ ਅਸੀਂ ਮਸੰਦ ਬਣੇ, ਸਿੱਖ ਧਰਮ ਨੂੰ ਛੱਡਿਆ, ਸਾਡੇ ਸਭ ਦੇ ਪਿਓ ਦਾਦੇ ਸਿੱਖ ਸੀ। ਫਿਰ ਅਸੀਂ ਮਸੰਦ ਪੁਣੇ ਤੋਂ ਮੂੰਹ ਵੱਟ ਕੇ ਫਿਰ ਅਸੀਂ ਕਾਮਰੇਡ ਬਣੇ। ਕਾਮਰੇਡ ਬਣ ਕੇ ਤਾਂ ਸਾਡੇ ਘਰੇ ਸ਼ਰਾਬ ਦੀ ਬੋਤਲ ਆ ਗਈ, ਫਿਰ ਸਾਡੇ ਘਰੇ ਹੁਣ ਚਿੱਟਾ ਆ ਗਿਆ। ਅਤੇ ਅਸੀਂ ਆਪਦੀ ਉਹ ਸੋਚ ਨਹੀਂ ਬਚਾ ਲਓ ਜਿਹਨੂੰ ਅੱਜ ਦੁਨੀਆਂ ਦੇਖਦੀ ਆ ਵੀ ਇੱਕ ਬਾਬਾ ਨਾਨਕ ਹੋਇਆ। ਉਹ ਤਾਂ ਮੌਜੋ ਤੁੰਗ ਸੀ ਚਾਹੇ ਲੈਲਨ ਸੀ, ਉਹਨਾਂ ਨੇ ਤਾਂ ਕਰੋੜਾਂ ਬੰਦਾ ਲਤੜ ਕੇ ਇਲਾਜ ਕਰਿਆ, ਰਾਜ ਕਰਿਆ ਆਪਦਾ। ਪਰ ਸਾਡੇ ਬਾਬੇ ਨਾਨਕ ਨੇ ਤਾਂ ਪਾਤਸ਼ਾਹੀ ਦਿੱਤੀ ਆ ਲੋਕਾਂ ਨੂੰ, ਕਿਸੇ ਦਾ ਕੋਈ ਘਾਣ ਹੀ ਨਹੀਂ ਕਰਿਆ। ਅਤੇ ਦੁਨੀਆਂ ਤੋਂ ਅੱਜ ਤਕੜੇ ਤਕੜੇ ਚੰਗੇ ਮੁਲਕ ਆ ਜਿਹੜੇ, ਉਹ ਇਹ ਸੋਚਦੇ ਆ ਵੀ ਕਿਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੰਜਾਬ ਸੀ ਉਹ ਜਿਹਾ ਰਾਜ ਸਾਡਾ ਬਣ ਜੇ। ਕਿਉਂ ਜੇ ਅੱਜ ਸਵਿਟਜ਼ਰਲੈਂਡ ਆ, ਕਨੇਡਾ ਹੈਗਾ, ਉਹ ਤਾਂ ਸਹੇ ਨੂੰ ਆਪਦੀ ਜ਼ਿੰਦਗੀ ਜਿਉਂਦੇ ਆ। ਉਹਨਾਂ ਦਿਲ ਤਾਂ ਇਹ ਕਰਦਾ ਵੀ ਸਾਨੂੰ ਗਵਾਂਢੀ ਮੁਲਕ ਢਾ ਨਾ ਲਵੇ। ਉੱਥੇ ਵੀ ਇੰਨੀ ਖੁਸ਼ਹਾਲੀ ਹੈ ਨਹੀਂ ਅੱਜ ਜਿੰਨੀ ਕਿ ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਖੁਸ਼ਹਾਲੀ ਵੀ ਸੀ, ਪਰ ਦੁਨੀਆਂ ਦੀ ਜਿਹੜੀ ਅੰਗਰੇਜ਼ ਤਾਕਤ ਸੀ ਉਹਨਾਂ ਵੱਲ ਝਾਕਦੀ ਵੀ ਨਹੀਂ ਸੀ। ਪਹਿਲਾਂ ਉਹਨਾਂ ਨੇ ਸਾਡੇ ਵਿੱਚ ਬੜੇ ਸਾਡੀਆਂ ਗਰਾਰੀਆਂ ਕਰਕੇ ਤਾਂ ਸਾਡੇ 'ਤੇ ਰਾਜ ਕਰਿਆ। ਅਸੀਂ ਉਹਨਾਂ ਨੂੰ ਭੁੱਲ ਕੇ ਅੱਜ ਆਪਦੀ ਕਾਮਰੇਡੀ ਚਮਕਾਈ ਜਾਂਦੇ ਹਾਂ। ਅਸੀਂ ਕਹਿੰਦੇ ਅਸੀਂ ਤਰਕਸ਼ੀਲੀ ਹਾਂ, ਬਾਬੇ ਨਾਨਕ ਤੋਂ ਵੱਡਾ ਤਰਕਸ਼ੀਲੀ ਕੌਣ ਹੋਊ? ਬਾਬੇ ਨਾਨਕ ਨੇ ਤਾਂ ਸਾਰੀ ਉਮਰ ਜੇਬ 'ਚ ਪੈਸਾ ਨਹੀਂ ਰੱਖਿਆ, ਐਡਾ ਵੱਡਾ ਸੰਘਰਸ਼ ਲੜਤਾ। ਅਸੀਂ ਜਾਣਾ ਭਦੌੜ ਹੁੰਦਾ ਪਹਿਲਾਂ ਸੰਘਰਸ਼ ਦੀ ਖਾਤਰ ਮਾਇਆ ਇਕੱਠੀ ਕਰਦੇ ਹਾਂ, ਗੱਲਾਂ ਅਸੀਂ ਸੁਣਾਉਂਦੇ ਹਾਂ ਬਾਬੇ ਨਾਨਕ ਦੀਆਂ, ਅਤੇ ਫਿਰ ਸਾਡੀ ਸੋਚ ਕਿੱਥੇ ਖੜੀ ਹੈ? ਸੰਘਰਸ਼ਾਂ ਦੀ ਖਾਤਰ ਪੈਸਿਆਂ ਦੀ ਜਾਂ ਇਕੱਠਾਂ ਦੀ ਲੋੜ ਨਹੀਂ। ਇਸੇ ਗੱਲ ਹੀ ਪੰਚਾਇਤੀ ਚੋਣਾਂ ਦੇ ਬਾਰੇ ਕਰ ਲਈਏ ਆਪਾਂ। ਪੰਚਾਇਤੀ ਚੋਣਾਂ 'ਚ ਸਰਪੰਚ ਨੂੰ ਗ੍ਰਾਂਟਾਂ ਦੀ ਲੋੜ ਨਹੀਂ, ਉਹਦੇ ਪਿੰਡ ਦੀ ਆਮਦਨ ਬਹੁਤ ਆ। ਉਹ ਜੇ ਪਿੰਡ ਦੇ ਵਿੱਚ ਕੰਮ ਕਰਨੇ ਚਾਹੀਏ, ਅੱਜ ਇੱਕ ਸਕੂਲ ਚਲਾਉਣਾ ਤਾਂ ਫ੍ਰੀ ਵਾਂਗੂ ਕਿੰਨਾ ਵਧੀਆ ਸਕੂਲ ਚਲਾ ਲਓ ਆਪਦੇ ਆਲੇ ਦੁਆਲੇ ਦੇ ਪ੍ਰਾਈਵੇਟ ਸਕੂਲਾਂ ਨੂੰ, ਵਧੀਆ ਚੱਲੂ ਸਰਕਾਰੀ ਸਕੂਲ ਜਿੱਥੇ ਜਵਾਕ 100 ਰੁਪਇਆ ਮਹੀਨਾ ਫੀਸ ਦੇਣਗੇ, ਉਹਨਾਂ ਨੂੰ 50,000 ਸਾਲ ਦਾ ਦੇਣ ਦੀ ਲੋੜ ਨਹੀਂ। ਪਰ ਬਸ ਐਡੀ ਕੀ ਉੱਥੇ ਹੋਊਗੀ ਵੀ ਜਿੱਥੇ ਉੱਥੇ ਮਜ਼ਦੂਰ ਆ ਬੈਠਾ ਤੱਪੜ 'ਤੇ ਜਵਾਕ, ਨਾਲੀਆਂ ਕੱਢਣ ਵਾਲੇ ਦਾ ਜਵਾਕ ਬੈਠਾ ਤੱਪੜ 'ਤੇ, ਅਤੇ ਉੱਥੇ ਉਹ ਘੜਾ ਮਚਾਉਣ ਵਾਲਾ ਜਵਾਕ ਵੀ ਉੱਥੇ ਬੈਠਾ ਹੋਵੇ, ਅਤੇ ਉੱਥੇ ਪਾਵਰ ਹੋਵੇ ਉਹਨਾਂ ਕੋਲ, ਪੈਸਾ ਇਕੱਠਾ ਹੋਜੂ, ਆਹ ਗੰਦੇ ਪਾਣੀ ਦਾ ਪ੍ਰਬੰਧ ਹੋਜੂ। ਝੋਨੇ ਦੀ ਖੇਤੀ 'ਚੋਂ ਅਸੀਂ ਅੱਜ 10% ਖੇਤੀ ਕੱਢ ਲਈਏ ਤਾਂ ਅਸੀਂ ਸਾਰੀਆਂ ਪਿੰਡ ਦੀਆਂ ਲੋੜਾਂ, ਪਿੰਡ ਦੇ ਲੋਕਾਂ ਦੀਆਂ ਖਾਣ ਪੀਣ ਵਾਲੀਆਂ ਪਿੰਡ ਦੇ ਵਿੱਚ ਪੂਰੀਆਂ ਕਰ ਸਕਦੇ ਹਾਂ। ਜੇ ਪਿੰਡਾਂ ਦੇ ਸਰਪੰਚਾਂ ਸਰਪੰਚਾਂ ਨੂੰ ਕੋਈ ਅਕਲ ਹੋਵੇ ਤਾਂ ਉਹ ਪਹਿਲਾਂ ਚਲਾਉਣੀ ਕੰਮ ਇਹ। ਅੱਜ ਉਹਨੂੰ ਵੀ ਕੋਈ ਉਦਾਹਰਣ ਦਿੰਦਾ, ਗੁੜ ਇੱਕ ਇਹੋ ਜਿਹੀ ਚੀਜ਼ ਆ ਜੇ ਅਸੀਂ ਘਰ ਦਾ ਗੁੜ ਬਣਾਉਂਦੇ ਹਾਂ 50 ਰੁਪਏ ਪੈਂਦਾ ਸਾਨੂੰ, ਅੱਜ ਅਸੀਂ ਬਾਜ਼ਾਰਾਂ 'ਚੋਂ ਜਿਹੜਾ 40 ਰੁਪਏ ਲਿਆ ਕੇ ਖਾਂਦਾ, ਉਹ ਕੀ ਉਹ ਖੰਡ ਨਹੀਂ ਕਾਢ ਕੇ ਦਿੱਤੀ ਜਾਂਦੀ ਸਾਨੂੰ? ਕੀ ਅਸੀਂ ਇੱਥੇ 10% ਜੇ ਬਾਹਰ ਰੱਖ ਲਈਏ ਝੋਨੇ ਦੀ ਖਾਤਰ, ਨਾ ਸਾਡੇ ਕੋਲ ਬਦਲਾ ਜੀ ਹੁੰਦਾ ਪਿੰਡ ਦੇ ਸਾਰੇ ਲੋਕਾਂ ਨੂੰ ਵਧੀਆ ਕੰਟਰੋਲ ਰੇਟ 'ਤੇ ਕੰਮ ਵੀ ਮਿਲੂ ਉੱਥੇ, ਅਤੇ ਉੱਥੇ ਉਹਨਾਂ ਦੀ ਲੋੜ ਪੂਰੀ, ਉਹਨਾਂ ਨੂੰ ਸ਼ੁੱਧ ਖੁਰਾਕ ਮਿਲੂ। ਪਾਣੀ ਅਸੀਂ ਜਿੰਨਾ ਅੱਜ ਗੰਦਾ ਕਰ ਰਹੇ ਹਾਂ ਪੰਜਾਬ ਦੇ ਲੋਕ ਬੇਲੋੜਾ, ਉਹਦੀ ਖਾਤਰ ਅਸੀਂ ਬਹੁਤ ਕੁਛ ਕਰ ਸਕਦੇ ਹਾਂ। ਅਸੀਂ ਆਪਦਾ ਪਾਣੀ ਬਚਾ ਸਕਦੇ ਹਾਂ, ਜੇ ਸ਼ੁੱਧ ਪਾਣੀ ਪੀਵਾਂਗੇ ਤਾਂ ਅਸੀਂ ਬਿਮਾਰ ਹੀ ਨਹੀਂ ਹੁੰਦੇ। ਸੋ ਇਹ ਸੋਚਾਂ ਲੈ ਕੇ ਜੇ ਸਾਡੇ ਪੰਚ ਸਰਪੰਚ ਅੱਜ ਬਣਦੇ ਆ ਤਾਂ ਉਹਨਾਂ ਨੂੰ ਮੈਂ ਜੀ ਆਇਆਂ ਆਖੂੰ। ਜੇ ਕਹਿੰਦੇ ਆ ਵੀ ਅਸੀਂ ਇਕੱਲੇ ਥਾਣੇ 'ਚ ਡਿਊਟੀ ਲਾਉਣੀ ਆ, ਤੁਹਾਡੇ ਕੋਲ ਚਿੱਟਾ ਭੁੱਕੀ ਫੀਮ ਆਮ ਕਰ ਦਿਆਂਗੇ, ਪੋਸਟ ਆਮ ਕਰ ਦਿਆਂਗੇ, ਜਾਂ ਕੋਈ ਹੋਰ ਨਸ਼ੇ ਆਮ ਕਰ ਦਿਆਂਗੇ, ਜਾਂ MLA ਲਿਆ ਕੇ ਪਿੰਡਾਂ 'ਚ ਬਾਹਰਲੇ ਬੰਦੇ ਲੀਡਰ ਮਾਰਿਆ ਕਰਾਂਗੇ, ਤਾਂ ਫਿਰ ਮੈਂ ਉਹਨਾਂ ਨੂੰ ਕਿਵੇਂ ਜੀ ਆਇਆਂ ਆਖੂੰਗਾ? ਸੋ ਮੈਂ ਇਹੀ ਕਹਿਣਾ ਚਾਹੁੰਦਾ ਜੀ ਪੰਚਾਇਤੀ ਚੋਣਾਂ ਬਾਰੇ, ਜਾਂ ਪੰਜਾਬ ਦੇ ਹਾਲਾਤਾਂ ਬਾਰੇ, ਜਾਂ ਸਿੱਖ ਧਰਮ ਬਾਰੇ। ਅੱਗੇ ਜੋ ਕੋਈ ਹੋਰ ਤੁਹਾਡਾ ਕੋਈ ਵਿਚਾਰ ਆ ਤਾਂ ਦੇਖ ਲਓ। ਇਹ ਸਨ ਛੰਨਾ ਗੁਲਾਬ ਸਿੰਘ ਵਾਲੇ ਦੇ ਇੱਕ ਬਜ਼ੁਰਗ, ਜਿਨ੍ਹਾਂ ਨੇ ਪੰਚਾਇਤੀ ਚੋਣਾਂ ਬਾਰੇ, ਸਿੱਖ ਇਤਿਹਾਸ ਬਾਰੇ ਬਹੁਤ ਸੋਹਣੀ ਆਪਾਂ ਨੂੰ ਪੰਚਾਇਤ ਸਰਪੰਚ ਚੋਣ ਦੀ, ਪੰਚਾਇਤਾਂ ਚੋਣ ਦੀ ਇੱਕ ਰਾਏ ਦਿੱਤੀ ਹੈ। ਅਸੀਂ ਆਸ ਕਰਦੇ ਹਾਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਬਾਬਾ ਜੀ ਦੀ ਜੋ ਬਚਨ ਸੀ, ਜੋ ਇਹਨਾਂ ਦੇ ਵਿਚਾਰ ਆ, ਜ਼ਰੂਰ ਅਮਲ ਕਰੋਗੇ। ਕੈਮਰਾਮੈਨ ਖੁਸ਼ਦੀਪ ਸਿੰਘ ਪਥਰਾਲੇ ਦੇ ਨਾਲ ਡਾਕਟਰ ਨਿਰਮਲ ਸਿੰਘ ਪਥਰਾਲੇ ਦੀ ਰਿਪੋਰਟ। ਧੰਨਵਾਦ ਜੀ।